ਨਮਸਕਾਰ, ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਏਕਤਾ ਲਹਿਰ ਨਿਊਜ਼। ਹਰ ਮਿੰਟ ਦੀ ਖਬਰ, ਪਲ ਪਲ ਦੀ ਖਬਰ ਤੁਹਾਡੇ ਤੱਕ ਪਹੁੰਚਾਉਣ ਜਾ ਰਿਹਾ ਏਕਤਾ ਲਹਿਰ ਨਿਊਜ਼, ਅਤੇ ਮੈਂ ਹਾਂ ਤੁਹਾਡਾ ਆਪਣਾ ਸੁਸ਼ੀਲ ਤੀਂਗੜਾ। ਇਸ ਵਕਤ ਮੈਂ ਖੜ੍ਹਾ ਹਾਂ ਬੱਸ ਸਟੈਂਡ ਦੇ ਬਿਲਕੁਲ ਨਜ਼ਦੀਕ, ਜਿਹਨੂੰ ਮਨਾਰਾ ਮੁਹੱਲਾ ਕਹਿੰਦੇ ਨੇ, ਮਨਾਰਾ ਮੁਹੱਲਾ। ਉੱਥੇ ਦੇ ਮੁਹੱਲੇ ਵਾਸੀਆਂ ਨੇ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਆ, ਕੋਰੋਨਾ ਵਾਇਰਸ ਜਿਹੜਾ ਫੈਲਿਆ ਬਿਮਾਰੀ ਤੋਂ ਫੈਲਣ ਲਈ, ਉਸ ਮੁਹੱਲਿਆਂ ਵਾਲਿਆਂ ਨੇ ਜੋ ਉਪਰਾਲਾ ਕੀਤਾ, ਉਹ ਮੁਹੱਲੇ ਨੂੰ ਇੱਕ ਕਿਸਮ ਦਾ ਲੌਕ ਕਰ ਦਿੱਤਾ। ਲੌਕ ਛਿੜੀਆਂ ਲਾ ਕੇ, ਆਹ ਮੈਂ ਕੈਮਰਾ ਮੈਨੂੰ ਕਹਾਂਗਾ ਦਿਖਾ ਦਿਓ, ਲਾ ਕੇ ਇਹਨਾਂ ਨੇ ਲੌਕ ਕਰ ਦਿੱਤਾ ਆ। ਲੌਕ ਕਰਕੇ ਤਾਂ ਕਿ ਜਿਹੜਾ ਆਵਾਜਾਈ ਇੱਧਰ ਦੀ ਜਾਂਦੀ ਸੀ, ਮੋਟਰਸਾਈਕਲ ਜਾਂਦੇ ਸੀ, ਲੋਕ ਜਾਂਦੇ ਸੀ, ਉਹ ਇੱਧਰ ਦੀ ਨਾ ਜਾਣ। ਅਤੇ ਪ੍ਰਸ਼ਾਸਨ ਦਾ ਵੀ ਇਹ ਮੁਹੱਲਾ ਪੂਰਾ ਨਾਲ ਨਾਲ ਸਾਥ ਦੇ ਰਿਹਾ ਵਾ। ਆਹ ਤੁਹਾਨੂੰ ਲੈ ਚੱਲਦੇ ਹਾਂ ਇਸ ਮੁਹੱਲੇ ਦੇ ਵਿੱਚ ਅੱਗੇ, ਅਤੇ ਪੁੱਛਦੇ ਹਾਂ ਇਹ ਲੌਕ ਕਿਉਂ ਲਾਇਆ, ਇਹ ਮੁਹੱਲੇ ਨੂੰ ਬੰਦ ਕਿਉਂ ਕੀਤਾ, ਇਹ ਮੁਹੱਲੇ ਨੂੰ ਬੰਦ ਕਰਨ ਦਾ ਕਾਰਨ ਜਾਣਦੇ ਹਾਂ। ਕੈਮਰਾਮੈਨ ਸੁਮੀ ਧੀਂਗੜਾ ਦੇ ਨਾਲ ਸੁਸ਼ੀਲ ਧੀਂਗੜਾ, ਏਕਤਾ ਲਹਿਰ ਨਿਊਜ਼, ਨਕੋਦਰ। ਨਾਰਾ ਮੁਹੱਲੇ ਦੇ ਵਿੱਚ ਜਿਹੜਾ ਬੱਸ ਸਟੈਂਡ ਦੇ ਬਿਲਕੁਲ ਨਾਲ ਆ, ਤੁਹਾਨੂੰ ਦਿਖਾ ਲਿਆ ਕਿ ਕਿਵੇਂ ਛਿੜੀਆਂ ਅਤੇ ਬੋਰਡ ਲਾ ਕੇ ਮੁਹੱਲੇ ਨੂੰ ਬੰਦ ਕੀਤਾ ਗਿਆ ਆ। ਸਾਡੇ ਨਾਲ ਇੱਕ ਭੈਣ ਜੀ ਮੌਜੂਦ ਨੇ, ਉਹਨਾਂ ਨੂੰ ਪੁੱਛਦੇ ਹਾਂ ਕੀ ਨਾਂ ਜੀ ਤੁਹਾਡਾ? ਮੇਰਾ ਨਾਮ ਬੇਬੀ। ਭੈਣ ਜੀ, ਜਿਹੜਾ ਰਸਤਾ ਬੰਦ ਕੀਤਾ ਤੁਸੀਂ, ਇੱਧਰ ਦੀ ਕੋਈ ਆ ਜਾ ਨਹੀਂ ਸਕਦਾ ਜਾਂ ਮੋਟਰਸਾਈਕਲ ਨਹੀਂ ਆ ਸਕਦੇ, ਇਹ ਰਸਤਾ ਕਿਉਂ ਬੰਦ ਕੀਤਾ ਜੀ? ਭਾਅ ਜੀ, ਇਹ ਬਿਮਾਰੀ ਨਾ ਫੈਲੇ ਇਸ ਕਰਕੇ, ਵੀ ਲੋਕ ਤਰ੍ਹਾਂ ਤਰ੍ਹਾਂ ਦੇ ਲੋਕ ਲੰਘਦੇ ਇਸ ਕਰਕੇ, ਹਾਂਜੀ, ਤਾਂ ਬੰਦ ਕੀਤਾ ਗਿਆ ਵਾ। ਇੱਥੋਂ ਆਵਾਜਾਈ ਜ਼ਿਆਦਾ ਸੀ ਜਾਂ ਲੋਕੀ ਜ਼ਿਆਦਾ? ਬਹੁਤ ਜ਼ਿਆਦਾ ਸੀ। ਅੱਛਾ, ਇਸ ਕਰਕੇ? ਇਸ ਕਰਕੇ ਬੰਦ ਕੀਤਾ ਵਾ। ਅੱਛਾ, ਉਸ ਤੋਂ ਬਾਅਦ ਫਰਕ ਪਿਆ ਜੀ ਕੁਛ? ਹਾਂਜੀ, ਫਰਕ ਪਿਆ। ਹਾਂਜੀ, ਲੋਕੀ ਹੁਣ ਇੱਧਰ ਦੀ ਨਹੀਂ? ਨਹੀਂ, ਬਹੁਤ ਘੱਟ ਲੰਘਦੇ। ਬਹੁਤ ਘੱਟ? ਹਾਂਜੀ। ਸ਼ੁਕਰੀਆ ਜੀ। ਇਹ ਸੀ ਜੀ ਜੀ, ਇਹ ਕਹਿੰਦੇ ਬਿਮਾਰੀ ਬਹੁਤ ਫੈਲੀ ਸੀ। ਇੱਕ ਹੋਰ ਵੀਰ ਨਾਲ ਨੇ, ਇਹਨਾਂ ਨੂੰ ਪੁੱਛਦੇ ਹਾਂ, ਇਹਨਾਂ ਨੂੰ ਪੁੱਛਦੇ ਹਾਂ ਕਿ ਕੀ, ਹਾਂਜੀ, ਕੀ ਨਾਂ ਜੀ ਤੁਹਾਡਾ? ਮੇਰਾ ਨਾਮ ਜੀ ਜਿੰਦਰ ਨਾਹਰ। ਜਿੰਦਰ ਜੀ, ਰਸਤਾ ਦੋਨੇ ਪਾਸਿਓਂ ਤੁਸੀਂ ਬੰਦ ਕੀਤਾ, ਤਕਰੀਬਨ ਸਾਰਾ ਬੰਦ ਕੀਤਾ, ਇਹ ਮੇਨ ਰਸਤਾ ਆ, ਲੋਕੀ ਐਂ ਦੀ ਲੰਘਦੇ ਆ ਜਾਂ ਮੋਟਰਸਾਈਕਲਾਂ 'ਤੇ ਆਉਂਦੇ ਆ, ਕੀ ਕਾਰਨ ਆ ਜੀ? ਇਹ ਜੀ ਇੱਦਾਂ ਜੀ, ਇੱਧਰ ਇੱਕ ਸਿਵਲ ਹੋਸਪਿਟਲ ਲਾਗੇ ਪੈਂਦਾ ਆ, ਥਾਣੇ ਨੂੰ ਵੀ ਰਸਤਾ ਜਾਂਦਾ ਆ ਜਾਂ ਬਾਜ਼ਾਰ ਨੂੰ ਵੀ ਰਸਤਾ ਜਾਂਦਾ, ਜਾਂ ਜਿੱਦਾਂ ਹੋਰ ਮੇਨ ਯਾਨੀ ਇਹ ਸ਼ਹਿਰ ਦੀ ਗਲੀ ਇਹ ਆ, ਇੱਕ ਇੱਧਰ ਨੂਰਮਹਿਲ ਰੋਡ 'ਤੇ ਨਿਕਲਦੀ ਆ, ਇੱਕ ਸ਼ੰਕਰ ਰੋਡ 'ਤੇ ਨਿਕਲਦੀ ਆ, ਅਤੇ ਸਬਜ਼ੀ ਮੰਡੀ ਨੂੰ ਵੀ ਨਿਕਲਦੀ ਆ ਸ਼ਾਰਟਕੱਟ। ਇੱਧਰ ਪ੍ਰਸ਼ਾਸਨ ਦੋਨਾਂ ਸਾਈਡਾਂ ਦੇ ਚੌਂਕ ਦੇ ਵਿੱਚ ਆ, ਅਤੇ ਲੋਕ ਪ੍ਰਸ਼ਾਸਨ ਤੋਂ ਬਚਣ ਦਾ ਕਰਕੇ ਇਸ ਗਲੀ ਵਿੱਚ ਦੀ ਲੰਘਦੇ ਆ, ਅਤੇ ਅਸੀਂ ਇਹ ਰਸਤਾ ਬੰਦ ਕਰ ਦਿੱਤਾ ਆ ਕਿ ਬਲਕਿ ਕੋਈ ਬਾਹਰਲਾ ਬੰਦਾ ਇੱਧਰ ਗਲੀ ਦੇ ਵਿੱਚ ਨਾ ਆਵੇ, ਅਤੇ ਇਹ ਜਿਹੜੀ ਕਰੋਨਾ ਵਾਇਰਸ ਦੀ ਬਿਮਾਰੀ ਆ, ਸਾਨੂੰ ਇਹ ਤੋਂ ਮੁਫਤ ਰਹੀ ਅਸੀਂ। ਇਹ ਰਸਤਾ ਬੰਦ ਕੀਤਾ, ਇਹ ਕਦੋਂ ਤੋਂ ਕੀਤਾ ਜੀ? ਇਹ ਜੀ ਅੱਜ ਸਾਨੂੰ ਹੋ ਗਏ ਆ 3 ਦਿਨ ਹੋ ਗਏ ਆ ਜੀ। ਅਸੀਂ ਤਕਰੀਬਨ ਸਾਰੇ ਜੋ ਕਿ ਸਾਡੇ ਮੁਹੱਲੇ ਦੇ ਬੱਚੇ ਬਜ਼ੁਰਗ ਜਾਂ ਕੋਈ ਵੀ ਲੇਡੀਜ਼ ਆ, ਉਹ ਸਾਰੇ ਘਰਾਂ ਦੇ ਅੰਦਰ ਰਹਿੰਦੇ ਆ, ਅਤੇ ਇਹ ਜਿਹੜਾ ਕਿ ਜੋ ਕਿ ਪ੍ਰਸ਼ਾਸਨ ਦੀ ਹੁਕਮ ਦੀ ਪਾਲਣਾ ਕਰਦੇ ਆ ਜੀ। ਉਹ ਹੋਰ ਵੀ ਤੁਹਾਨੂੰ ਮਿਲਾਵਾਂਗੇ, ਮੈਂ ਕੈਮਰਾਮੈਨ ਕਹਾਂਗਾ ਸਾਹਮਣੇ ਬਿਲਕੁਲ ਦਿਖਾ ਦੇਣ ਕਿ ਕੋਈ ਵੀ ਬਾਹਰ ਨਹੀਂ ਦਿਸਦਾ, ਕੋਈ ਵੀ ਬਾਹਰ ਨਹੀਂ ਦਿਸਦਾ। ਮੈਂ ਕੈਮਰਾਮੈਨ ਕਹਾਂਗਾ ਕਿ ਦਿਖਾ ਦੇਣ, ਚਾਰੇ ਪਾਸੇ ਲੋਕ ਪ੍ਰਸ਼ਾਸਨ ਦਾ ਸਾਥ ਦੇ ਰਹੇ ਨੇ, ਔਰ ਅੰਦਰ ਨੇ ਸਾਰੇ, ਔਰ ਜਿਹੜਾ ਇਹ ਰਸਤਾ ਜਾਂਦਾ ਆ ਤਕਰੀਬਨ ਸ਼ੰਕਰ ਰੋਡ ਨੂੰ, ਨੂਰਮਹਿਲ ਰੋਡ ਨੂੰ, ਇੱਧਰੋਂ ਬੱਸ ਸਟੈਂਡ ਨੂੰ, ਹੋਰ ਵੀ ਕਿਸੇ ਕਿਸੇ ਪਾਸੇ ਨੂੰ, ਇੱਧਰ ਨੂੰ ਨਿਕਲਦਾ MC ਚੌਂਕ ਨੂੰ, ਇਹ ਸਾਰਾ ਰਸਤਾ ਇਹਨਾਂ ਨੇ ਬੰਦ ਕੀਤਾ ਆ ਤਾਂ ਕਿ ਇੱਧਰ ਦੀ ਕੋਈ ਨਾ ਆ ਜਾ ਸਕੇ। ਅਤੇ ਇੱਧਰ ਵੀ ਮੇਰੇ ਕਬੀਰ ਖੜ੍ਹੇ ਨੇ, ਇਹ ਵੀ ਰਾਖੀ ਕਰ ਰਹੇ ਨੇ ਮੇਰੇ ਖਿਆਲ, ਸ਼ਾਇਦ ਬਈ ਇੱਧਰ ਦੀ ਕੋਈ ਨਾ ਆਵੇ ਅਤੇ ਰਸਤਾ ਬਿਲਕੁਲ ਬਲੌਕ ਰਵੇ। ਤਾਂ ਰਸਤਾ ਬਲੌਕ ਹੈ, ਇਹ ਵਧੀਆ ਖਬਰ ਹੈ। ਇਹ ਮੁਹੱਲੇ ਦੇ ਪ੍ਰਸ਼ਾਸਨ ਦਾ ਹੁਕਮ ਮੰਨ ਰਹੇ ਨੇ, ਪ੍ਰਸ਼ਾਸਨਾਂ ਦੇ ਨਿਯਮਾਂ ਦੇ ਹਿਸਾਬ ਦੇ ਨਾਲ ਚੱਲ ਰਹੇ ਨੇ, ਅਤੇ ਬਾਹਰਲਾ ਬੰਦਾ ਜਿਹੜਾ ਇੱਧਰ ਦੀ ਬਹੁਤ ਜ਼ਿਆਦਾ ਆਵਾਜਾਈ ਸੀ, ਉਹ ਆਵਾਜਾਈ ਨੂੰ ਠੱਲ ਪਈ ਆ, ਰੋਕ ਪਈ ਆ। ਕੈਮਰਾਮੈਨ ਸੁਮਿਤ ਧੀਂਗੜਾ ਦੇ ਨਾਲ ਸੁਸ਼ੀਲ ਧੀਂਗੜਾ, ਏਕਤਾ ਲਹਿਰ ਨਿਊਜ਼, ਨਕੋਦਰ।
ਤੋ ਤੁਹਾਨੂੰ ਦਿਖਾਇਆ ਇਹ ਹੈ ਗਲੀ ਦਾ ਦੂਸਰਾ ਪਾਸਾ, ਜਿਹੜਾ ਦੂਸਰਾ ਪਾਸਾ ਅੰਬੇਡਕਰ ਚੌਂਕ ਤੋਂ ਬੱਸ ਸਟੈਂਡ ਨੂੰ ਜਾਂਦਾ, ਇਹ ਵੀ ਆ ਬੋਰਡ ਲਾ ਕੇ ਰੱਸੀਆਂ ਲਾ ਕੇ ਇਹਨੂੰ ਵੀ ਬੰਦ ਕੀਤਾ ਆ। ਇਹ ਮਹੱਲਾ ਵਾਸੀ ਜੋ ਪ੍ਰਸ਼ਾਸਨ ਦਾ ਸਾਥ ਦੇ ਰਹੇ ਨੇ, ਇਹਨਾਂ ਨੇ ਇਹ ਜੋ ਮਹੱਲਾ ਆ ਇਹਨੂੰ ਬੰਦ ਕੀਤਾ ਤਾਂ ਕਿ ਐਂ ਦੀ ਆਵਾਜਾਈ ਵੀ ਨਾ ਹੋਵੇ ਜ਼ਿਆਦਾ, ਅਤੇ ਜ਼ਿਆਦਾ ਲੋਕ ਵੀ ਜਿਹੜੇ ਐਂ ਦੀ ਜਾਂਦੇ ਹਨ ਇੱਧਰ ਦੀ ਨਾ ਜਾਣ। ਪ੍ਰਸ਼ਾਸਨ